ਦੇਰ ਰਾਤ ਬਲਟਾਣਾ ਦੇ ਵਿੱਚ ਹੋਈ ਲੁੱਟ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਸੀਸੀਟੀਵੀ ਕੈਮਰਾ ਦੇ ਆਧਾਰ ਤੇ, ਕਿਉਂਕਿ ਬਿਲਕੁਲ ਬਾਰਡਰ ਏਰੀਆ ਲੱਗਦਾ, ਇੱਕ ਪਾਸੇ ਪੰਚਕੂਲਾ ਇੱਕ ਪਾਸੇ ਜਿਹੜਾ ਪੰਜਾਬ ਦਾ ਏਰੀਆ। ਸਾਡੇ ਨਾਲ ਬਲਟਾਣਾ ਇੰਚਾਰਜ ਅਜੇ ਕੁਮਾਰ ਜੀ ਨੇ। ਅਜੇ ਜੀ, ਕਿਉਂਕਿ ਇਹ ਪੂਰਾ ਵਾਕਿਆ ਕਲ 11:30 ਹੋਇਆ, ਪੂਰੀ ਇਨਵੈਸਟੀਗੇਸ਼ਨ 'ਚ ਕੀ ਆਇਆ, ਇਨਫੋਰਮੇਸ਼ਨ ਕੀ ਸੀ? ਇਸ ਇਨਫੋਰਮੇਸ਼ਨ ਸਾਨੂੰ ਰਾਤ ਇੱਕ ਫੋਨ ਆਇਆ ਸੀ 12:45 ਜੀ ਵੀ ਇੱਥੇ ਇੱਦਾਂ ਗੋਲੀ ਚੱਲੀ ਸਰ। ਅਸੀਂ ਰਾਤ ਨੂੰ ਉਸ ਵੇਲੇ ਮੌਕੇ 'ਤੇ ਆ ਗਏ ਜੀ, ਆ ਕੇ ਮੌਕੇ 'ਤੇ ਬਸ ਸਾਰਾ ਸੀਨ ਆਫ ਕ੍ਰਾਈਮ ਦੇਖਿਆ। ਇਹਨਾਂ ਨੂੰ ਹੋਸਪਿਟਲ ਐਡਮਿਟ ਕਰਵਾਇਆ, ਪਹਿਲੇ ਬੰਦੇ ਸੀ ਇਹਨਾਂ ਨੂੰ, ਅਤੇ ਹੁਣ ਠੀਕ ਨੇ, ਆਊਟ ਆਫ ਡੇਂਜਰ ਨੇ। ਠੀਕ ਹੈ, ਅਤੇ ਸਰ ਬਿਲਕੁਲ ਬਾਰਡਰ ਹਰਿਆਣਾ ਪੰਜਾਬ ਦੇ ਨਾਲ ਬਿਲਕੁਲ ਲੱਗਦਾ ਏਰੀਆ, ਆਹ ਤੁਸੀਂ ਦੇਖ ਰਹੇ ਹੋ ਸਾਹਮਣੇ ਬਾਰਡਰ ਹੈ ਜੀ ਇਹਦਾ, ਅਤੇ ਅਸੀਂ ਹੁਣ ਸੀਸੀਟੀਵੀ ਚੈੱਕ ਕਰ ਰਹੇ ਹਾਂ। ਬੰਦੇ ਹਰਿਆਣਾ ਵੱਲ ਨੂੰ ਭੱਜੇ ਨੇ ਜੀ, ਇਹ 4 ਟੋਟਲ ਲੋਕ ਸੀ। ਠੀਕ ਹੈ, ਇਵਨ ਤਿੰਨਾਂ ਦੀਆਂ ਚੱਪਲਾਂ ਵੀ ਸਾਨੂੰ ਉੱਥੇ ਲੱਗੀਆਂ ਮਿਲੀਆਂ, ਵੀ ਨੰਗੇ ਪੈਰੀ ਭੱਜੇ ਨੇ ਜੀ। ਹਾਂਜੀ, ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਛ ਆਇਆ? ਸਰ ਅਸੀਂ ਸੀਸੀਟੀਵੀ ਸਾਰੇ ਖੰਗਾਲ ਰਹੇ ਹਾਂ ਜੀ, ਅਤੇ ਹੁਣ ਜੋ ਵੀ ਆਏਗਾ ਜੀ ਆਪਾਂ ਸਾਹਮਣੇ ਮਾਮਲਾ ਦਰਜ ਕਰ ਲਿਆ। ਹਾਂਜੀ ਹਾਂਜੀ, ਮਾਮਲਾ ਕਰ ਰਹੇ ਹਾਂ ਜੀ ਆਪਾਂ, ਬਿਆਨ ਲੈ ਕੇ ਕਰ ਰਹੇ ਹਾਂ ਜੀ। ਠੀਕ ਹੈ, ਅਤੇ ਬਿਲਕੁਲ ਹਾਲਾਂਕਿ ਇਹ ਪੂਰਾ ਜਿੱਦਾਂ ਸਾਹਮਣੇ ਦੱਸਿਆ ਕਿ ਬਿਲਕੁਲ ਬਾਰਡਰ ਏਰੀਆ 'ਤੇ ਸ਼ੋਪ ਹੈ, ਲਿਕਵਿਡ ਸ਼ੋਪ, ਜਿੱਥੇ ਪੂਰੀ ਵਾਰਦਾਤ ਹੋਈ ਹੈ, ਇੱਕ ਪਾਸੇ ਪੰਚਕੂਲਾ ਯਾਨੀ ਹਰਿਆਣਾ ਅਤੇ ਇੱਕ ਪਾਸੇ ਪੰਜਾਬ। ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ, ਜਲਦੀ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਉਹ ਕਰਨ ਦਾ ਦਾਅਵਾ ਕੀਤਾ, ਕਿਉਂਕਿ ਬਾਰਡਰ ਏਰੀਆ ਹੋਣ ਕਰਕੇ ਹਾਲਾਂਕਿ ਸੀਸੀਟੀਵੀ ਜਿਹੜੇ ਆ ਦੂਜੀ ਪੁਲਿਸ ਦੇ ਨਾਲ ਕੋਆਰਡੀਨੇਸ਼ਨ ਉਹ ਵੀ ਕੀਤਾ ਜਾ ਰਿਹਾ। ਬਲਟਾਣਾ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨੂੰ ਜੈਟਿੰਗ ਪੰਜਾਬ। ਦੇਰ ਰਾਤ ਬਲਟਾਣਾ ਦੇ ਵਿੱਚ ਹੋਈ ਲੁੱਟ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਸੀਸੀਟੀਵੀ ਕੈਮਰਾ ਦੇ ਆਧਾਰ ਤੇ, ਕਿਉਂਕਿ ਬਿਲਕੁਲ ਬਾਰਡਰ ਏਰੀਆ ਲੱਗਦਾ, ਇੱਕ ਪਾਸੇ ਪੰਚਕੂਲਾ ਇੱਕ ਪਾਸੇ ਜਿਹੜਾ ਪੰਜਾਬ ਦਾ ਏਰੀਆ। ਸਾਡੇ ਨਾਲ ਬਲਟਾਣਾ ਇੰਚਾਰਜ ਅਜੇ ਕੁਮਾਰ ਜੀ ਨੇ। ਅਜੇ ਜੀ, ਕਿਉਂਕਿ ਇਹ ਪੂਰਾ ਵਾਕਿਆ ਕਲ 11:30 ਹੋਇਆ, ਪੂਰੀ ਇਨਵੈਸਟੀਗੇਸ਼ਨ 'ਚ ਕੀ ਆਇਆ, ਇਨਫੋਰਮੇਸ਼ਨ ਕੀ ਸੀ? ਇਸ ਇਨਫੋਰਮੇਸ਼ਨ ਸਾਨੂੰ ਰਾਤ ਇੱਕ ਫੋਨ ਆਇਆ ਸੀ 12:45 ਜੀ ਵੀ ਇੱਥੇ ਇੱਦਾਂ ਗੋਲੀ ਚੱਲੀ ਸਰ। ਅਸੀਂ ਰਾਤ ਨੂੰ ਉਸ ਵੇਲੇ ਮੌਕੇ 'ਤੇ ਆ ਗਏ ਜੀ, ਆ ਕੇ ਮੌਕੇ 'ਤੇ ਬਸ ਸਾਰਾ ਸੀਨ ਆਫ ਕ੍ਰਾਈਮ ਦੇਖਿਆ। ਇਹਨਾਂ ਨੂੰ ਹੋਸਪਿਟਲ ਐਡਮਿਟ ਕਰਵਾਇਆ, ਪਹਿਲੇ ਬੰਦੇ ਸੀ ਇਹਨਾਂ ਨੂੰ, ਅਤੇ ਹੁਣ ਠੀਕ ਨੇ, ਆਊਟ ਆਫ ਡੇਂਜਰ ਨੇ। ਠੀਕ ਹੈ, ਅਤੇ ਸਰ ਬਿਲਕੁਲ ਬਾਰਡਰ ਹਰਿਆਣਾ ਪੰਜਾਬ ਦੇ ਨਾਲ ਬਿਲਕੁਲ ਲੱਗਦਾ ਏਰੀਆ, ਆਹ ਤੁਸੀਂ ਦੇਖ ਰਹੇ ਹੋ ਸਾਹਮਣੇ ਬਾਰਡਰ ਹੈ ਜੀ ਇਹਦਾ, ਅਤੇ ਅਸੀਂ ਹੁਣ ਸੀਸੀਟੀਵੀ ਚੈੱਕ ਕਰ ਰਹੇ ਹਾਂ। ਬੰਦੇ ਹਰਿਆਣਾ ਵੱਲ ਨੂੰ ਭੱਜੇ ਨੇ ਜੀ, ਇਹ 4 ਟੋਟਲ ਲੋਕ ਸੀ। ਠੀਕ ਹੈ, ਇਵਨ ਤਿੰਨਾਂ ਦੀਆਂ ਚੱਪਲਾਂ ਵੀ ਸਾਨੂੰ ਉੱਥੇ ਲੱਗੀਆਂ ਮਿਲੀਆਂ, ਵੀ ਨੰਗੇ ਪੈਰੀ ਭੱਜੇ ਨੇ ਜੀ। ਹਾਂਜੀ, ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਛ ਆਇਆ? ਸਰ ਅਸੀਂ ਸੀਸੀਟੀਵੀ ਸਾਰੇ ਖੰਗਾਲ ਰਹੇ ਹਾਂ ਜੀ, ਅਤੇ ਹੁਣ ਜੋ ਵੀ ਆਏਗਾ ਜੀ ਆਪਾਂ ਸਾਹਮਣੇ ਮਾਮਲਾ ਦਰਜ ਕਰ ਲਿਆ। ਹਾਂਜੀ ਹਾਂਜੀ, ਮਾਮਲਾ ਕਰ ਰਹੇ ਹਾਂ ਜੀ ਆਪਾਂ, ਬਿਆਨ ਲੈ ਕੇ ਕਰ ਰਹੇ ਹਾਂ ਜੀ। ਠੀਕ ਹੈ, ਅਤੇ ਬਿਲਕੁਲ ਹਾਲਾਂਕਿ ਇਹ ਪੂਰਾ ਜਿੱਦਾਂ ਸਾਹਮਣੇ ਦੱਸਿਆ ਕਿ ਬਿਲਕੁਲ ਬਾਰਡਰ ਏਰੀਆ 'ਤੇ ਸ਼ੋਪ ਹੈ, ਲਿਕਵਿਡ ਸ਼ੋਪ, ਜਿੱਥੇ ਪੂਰੀ ਵਾਰਦਾਤ ਹੋਈ ਹੈ, ਇੱਕ ਪਾਸੇ ਪੰਚਕੂਲਾ ਯਾਨੀ ਹਰਿਆਣਾ ਅਤੇ ਇੱਕ ਪਾਸੇ ਪੰਜਾਬ। ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ, ਜਲਦੀ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਉਹ ਕਰਨ ਦਾ ਦਾਅਵਾ ਕੀਤਾ, ਕਿਉਂਕਿ ਬਾਰਡਰ ਏਰੀਆ ਹੋਣ ਕਰਕੇ ਹਾਲਾਂਕਿ ਸੀਸੀਟੀਵੀ ਜਿਹੜੇ ਆ ਦੂਜੀ ਪੁਲਿਸ ਦੇ ਨਾਲ ਕੋਆਰਡੀਨੇਸ਼ਨ ਉਹ ਵੀ ਕੀਤਾ ਜਾ ਰਿਹਾ। ਬਲਟਾਣਾ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨੂੰ ਜੈਟਿੰਗ ਪੰਜਾਬ। ਦੇਰ ਰਾਤ ਬਲਟਾਣਾ ਦੇ ਵਿੱਚ ਹੋਈ ਲੁੱਟ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਸੀਸੀਟੀਵੀ ਕੈਮਰਾ ਦੇ ਆਧਾਰ ਤੇ, ਕਿਉਂਕਿ ਬਿਲਕੁਲ ਬਾਰਡਰ ਏਰੀਆ ਲੱਗਦਾ, ਇੱਕ ਪਾਸੇ ਪੰਚਕੂਲਾ ਇੱਕ ਪਾਸੇ ਜਿਹੜਾ ਪੰਜਾਬ ਦਾ ਏਰੀਆ। ਸਾਡੇ ਨਾਲ ਬਲਟਾਣਾ ਇੰਚਾਰਜ ਅਜੇ ਕੁਮਾਰ ਜੀ ਨੇ। ਅਜੇ ਜੀ, ਕਿਉਂਕਿ ਇਹ ਪੂਰਾ ਵਾਕਿਆ ਕਲ 11:30 ਹੋਇਆ, ਪੂਰੀ ਇਨਵੈਸਟੀਗੇਸ਼ਨ 'ਚ ਕੀ ਆਇਆ, ਇਨਫੋਰਮੇਸ਼ਨ ਕੀ ਸੀ? ਇਸ ਇਨਫੋਰਮੇਸ਼ਨ ਸਾਨੂੰ ਰਾਤ ਇੱਕ ਫੋਨ ਆਇਆ ਸੀ 12:45 ਜੀ ਵੀ ਇੱਥੇ ਇੱਦਾਂ ਗੋਲੀ ਚੱਲੀ ਸਰ। ਅਸੀਂ ਰਾਤ ਨੂੰ ਉਸ ਵੇਲੇ ਮੌਕੇ 'ਤੇ ਆ ਗਏ ਜੀ, ਆ ਕੇ ਮੌਕੇ 'ਤੇ ਬਸ ਸਾਰਾ ਸੀਨ ਆਫ ਕ੍ਰਾਈਮ ਦੇਖਿਆ। ਇਹਨਾਂ ਨੂੰ ਹੋਸਪਿਟਲ ਐਡਮਿਟ ਕਰਵਾਇਆ, ਪਹਿਲੇ ਬੰਦੇ ਸੀ ਇਹਨਾਂ ਨੂੰ, ਅਤੇ ਹੁਣ ਠੀਕ ਨੇ, ਆਊਟ ਆਫ ਡੇਂਜਰ ਨੇ। ਠੀਕ ਹੈ, ਅਤੇ ਸਰ ਬਿਲਕੁਲ ਬਾਰਡਰ ਹਰਿਆਣਾ ਪੰਜਾਬ ਦੇ ਨਾਲ ਬਿਲਕੁਲ ਲੱਗਦਾ ਏਰੀਆ, ਆਹ ਤੁਸੀਂ ਦੇਖ ਰਹੇ ਹੋ ਸਾਹਮਣੇ ਬਾਰਡਰ ਹੈ ਜੀ ਇਹਦਾ, ਅਤੇ ਅਸੀਂ ਹੁਣ ਸੀਸੀਟੀਵੀ ਚੈੱਕ ਕਰ ਰਹੇ ਹਾਂ। ਬੰਦੇ ਹਰਿਆਣਾ ਵੱਲ ਨੂੰ ਭੱਜੇ ਨੇ ਜੀ, ਇਹ 4 ਟੋਟਲ ਲੋਕ ਸੀ। ਠੀਕ ਹੈ, ਇਵਨ ਤਿੰਨਾਂ ਦੀਆਂ ਚੱਪਲਾਂ ਵੀ ਸਾਨੂੰ ਉੱਥੇ ਲੱਗੀਆਂ ਮਿਲੀਆਂ, ਵੀ ਨੰਗੇ ਪੈਰੀ ਭੱਜੇ ਨੇ ਜੀ। ਹਾਂਜੀ, ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਛ ਆਇਆ? ਸਰ ਅਸੀਂ ਸੀਸੀਟੀਵੀ ਸਾਰੇ ਖੰਗਾਲ ਰਹੇ ਹਾਂ ਜੀ, ਅਤੇ ਹੁਣ ਜੋ ਵੀ ਆਏਗਾ ਜੀ ਆਪਾਂ ਸਾਹਮਣੇ ਮਾਮਲਾ ਦਰਜ ਕਰ ਲਿਆ। ਹਾਂਜੀ ਹਾਂਜੀ, ਮਾਮਲਾ ਕਰ ਰਹੇ ਹਾਂ ਜੀ ਆਪਾਂ, ਬਿਆਨ ਲੈ ਕੇ ਕਰ ਰਹੇ ਹਾਂ ਜੀ। ਠੀਕ ਹੈ, ਅਤੇ ਬਿਲਕੁਲ ਹਾਲਾਂਕਿ ਇਹ ਪੂਰਾ ਜਿੱਦਾਂ ਸਾਹਮਣੇ ਦੱਸਿਆ ਕਿ ਬਿਲਕੁਲ ਬਾਰਡਰ ਏਰੀਆ 'ਤੇ ਸ਼ੋਪ ਹੈ, ਲਿਕਵਿਡ ਸ਼ੋਪ, ਜਿੱਥੇ ਪੂਰੀ ਵਾਰਦਾਤ ਹੋਈ ਹੈ, ਇੱਕ ਪਾਸੇ ਪੰਚਕੂਲਾ ਯਾਨੀ ਹਰਿਆਣਾ ਅਤੇ ਇੱਕ ਪਾਸੇ ਪੰਜਾਬ। ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ, ਜਲਦੀ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਉਹ ਕਰਨ ਦਾ ਦਾਅਵਾ ਕੀਤਾ, ਕਿਉਂਕਿ ਬਾਰਡਰ ਏਰੀਆ ਹੋਣ ਕਰਕੇ ਹਾਲਾਂਕਿ ਸੀਸੀਟੀਵੀ ਜਿਹੜੇ ਆ ਦੂਜੀ ਪੁਲਿਸ ਦੇ ਨਾਲ ਕੋਆਰਡੀਨੇਸ਼ਨ ਉਹ ਵੀ ਕੀਤਾ ਜਾ ਰਿਹਾ। ਬਲਟਾਣਾ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨੂੰ ਜੈਟਿੰਗ।